सब्सक्राइब करो पंजाबी रील टीवी। ट्रेलवी नप दो। नप दो। हेलो जी, द्वारा 1 2 3 स्टार। हेलो जी, माय नेम इज रमेश सिंह एंड शी इज दिलप्रीत कौर। सशिका टिली जी। सशिका। सो गाइस, वीडियो का आगाज करांगे। मैं बोलता मैं इधर जैसे ऑर्केस्ट्रा का प्रोग्राम होता है ना स्टेज पे। आज की महफिल का आगाज करेंगे धार्मिक संगीत के साथ। चलो एनीवेज, आज की वीडियो है जी हरमीत सिंह, फर्स्ट टाइम न्यूज़ कास्टर इन पाकिस्तान। तुहानू याद होना कि आप इन्हां दी एक वीडियो बनाई सी जिहड़ी सी एक हरमीत सिंह जो सिख ने पेशावर तो, ठीक है, ते वो रेडियो जॉकी भी सी ते होर भी। हां वीडियो देखी है। हां जी, कोई हाहे दे नाम सी ना। हाहे ते हरमीत सिंह। अच्छा, हरमीत सिंह। हां जी, कहन लगी सी हरनाम सिंह। नहीं, हरनाम सिंह जी, हरमीत सिंह नाम है इन्हां दा। ते ये पेशावर तो है ते एक सिख ने, ते उस तो बाद मतलब इन दी रेडियो जॉकी भी है, एक मीडिया नाल भी ये ताल्लुक रखदे आ। हां जी, ਜਿਹੜੇ ਕਹਿੰਦੇ ਸੀ ਮੈਂ ਹਿੰਦੂ ਸੀਗਾ ਤੇ ਬਾਅਦ। ਹਾਂ ਮਤਲਬ ਵਾਲ ਕੱਟੇ ਹੋਏ ਸੀਗੇ ਇਹਨਾਂ ਨੇ, ਫਿਰ ਦਸਤਾਰ ਸਜਾਉਣੀ ਸ਼ੁਰੂ ਕਰਤੀ। ਹਾਂਜੀ, ਜੋ ਵੀ ਸੀ ਉਹ ਹੀ ਇਹਨਾਂ ਨੇ। ਹਾਂਜੀ ਉਹ ਹੀ। ਸੋ ਆਪਣੇ ਕਿਸੇ ਵੀਰ ਨੇ ਆਪਾਂ ਨੂੰ ਇਹ ਵੀਡੀਓ ਭੇਜੀ ਹੈ ਕਿ ਉਹ ਹੁਣ ਜਿਹੜੇ ਪ੍ਰੋਫੈਸ਼ਨਲੀ ਇੱਕ ਨਿਊਜ਼ ਐਂਕਰ ਬਣ ਚੁੱਕੇ ਆ, ਤੇ ਉਹ ਆਪਾਂ ਅੱਜ ਦੀ ਉਹਨਾਂ ਦੀ ਨਿਊਜ਼ ਸੁਣਾਂਗੇ, ਦੇਖਦੇ ਆ ਕੀ ਕਹਿੰਦੇ ਆ। ਬਾਕੀ ਵੀਡੀਓ ਦੇ ਵਿੱਚ ਹੀ ਪਤਾ ਲੱਗੂਗਾ ਕੀ ਹੋਣਾ। ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪ੍ਰੈਸ ਦਾ ਬੈਲ ਆਈਕਨ ਐਸ ਵੈਲ। ਠੀਕ ਹੈ ਜੀ, ਸਬਸਕ੍ਰਾਈਬ ਕਰ ਦਿਓ ਹੁਣੇ ਤਾਂ ਜੋ ਆਪਾਂ ਆਪਣੀ ਫੈਮਿਲੀ ਨੂੰ, ਜਿਹੜੇ PS ਕੋਲ ਆਪਣਾ ਫੈਮਿਲੀ ਦਾ ਨਾਮ, ਉਹਨੂੰ ਆਪਾਂ 1 million ਤੱਕ ਪਹੁੰਚਾਉਣਾ ਜਲਦੀ ਤੋਂ ਜਲਦੀ। ਠੀਕ ਹੈ ਜੀ, ਸੋ ਪਲੀਜ਼ ਡੂ ਸਬਸਕ੍ਰਾਈਬ ਨਾਓ ਤੇ ਵੀਡੀਓ ਕਰਦੇ ਸ਼ੁਰੂ। ਲੈਟ ਗੈਟ ਸਟਾਰਟਡ। ਓਕੇ, ਪਬਲਿਕ ਟੀਵੀ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਪਬਲਿਕ ਨਿਊਜ਼ ਕੇ ਸਾਥ ਮੈਂ ਹੂੰ ਹਰਮੀਤ ਸਿੰਘ। ਔਰ ਮੈਂ ਤਰੀਕੇ ਸਾਫ ਵਜ਼ੀਰ ਅਲਾ ਪੰਜਾਬ ਕਾ ਐਲਾਨ ਕਿਉਂ ਨਹੀਂ ਕਰ ਪਾ ਰਹੀ ਅੰਦਰੂਨੀ ਕਹਾਣੀ ਪਬਲਿਕ ਨਿਊਜ਼ ਨੇ ਪਤਾ ਲਗਾ ਲਈ। ਜ਼ਰਾਏ ਕੇ ਮੁਤਾਬਿਕ ਚੌਧਰੀ ਬਰਾਦਰਾਨ ਕੀ ਖਾਹਿਸ਼ ਵਜ਼ੀਰ ਅਲਾ ਪੰਜਾਬ ਕੇ ਨਾਮ ਮੇਂ ਰੁਕਾਵਟ ਹੈ। ਕੱਲ PTI ਕੇ ਪੰਜਾਬ ਮੇਂ ਪਾਰਲੀਮਾਨੀ ਪਾਰਟੀ ਕਾ ਇਜਲਾਸ ਹੋਗਾ ਲਾਹੌਰ, ਜਿਸ ਮੇਂ ਵਜ਼ੀਰ ਅਲਾ ਕਾ ਐਲਾਨ ਮਤਵੱਕ ਹੈ। दूसरी जगह कराची में PTI के 9 मुंतखब रुकन असेंबली का शहरी पर तशद्दुद। पुलिस हुकाम ने वाकये का नोटिस लेते हुए तहकीकात का हुक्म दे दिया। उधर तहरीक इंसाफ के MP इमरान अली शाह से भी वजाहत तलब कर ली। दूसरी जानिब साबिक वफाकी वजीर रेलवे ख्वाजा साद रफीक और उनके छोटे भाई सलमान रफीक को नैब में एक बार फिर तलबी। पब्लिक न्यूज ने असल मामले का खोज लगा लिया। पैरागोन सिटी स्कैंडल में तफ्तीशी टीम को मुतमिन ना करने पर ख्वाजा बरादरान को दोबारा 15 अगस्त जलाकर पाकिस्तान बन गया। जैसे तलातुम खेज समंदर को सकून आ गया, पिपरी मोजों को करार आ गया। मैसू कबायल के नौजवानों ने भी रवायती रक्स करके वतन से मोहब्बत का सबूत दिया। और जश्न आजादी पर जहां बैरूनी मुल्क पाकिस्तानी सफाखानों में खसूसी तकरीबात मुनक्किद की गई, वहीं पाकिस्तान को यूमी आजादी की मुबारकबाद का सिलसिला अभी तक जारी है। सही है। ओके, सो इस आज दी वीडियो वीडियो ਦੇ ਵਿੱਚ ਆਪਾਂ ਦੇਖਿਆ ਕਿ ਜੋ ਸਿੱਖ ਐਂਕਰ ਨੇ ਪਾਕਿਸਤਾਨ ਦੇ ਵਿੱਚ ਉਹ ਜਿਹੜੇ ਨਿਊਜ਼ ਰੀਡ ਕਰਕੇ ਮਤਲਬ ਕਿ ਸੁਣਾ ਰਹੇ ਆ, ਹੈ ਨਾ। ਤੇ ਇਹ ਜਿਹੜੇ ਮਤਲਬ ਨਿਊਜ਼, ਬਹੁਤ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ, ਹੈ ਨਾ, ਬਹੁਤ ਵਧੀਆ ਗੱਲ ਹੈ ਕਿ ਨੇ ਚਲ ਕੰਗ੍ਰੈਚੁਲੇਸ਼ਨ ਜੀ, ਮੈਂ ਅੱਗੇ ਚੱਲੂਗੀ। ਹਾਂਜੀ, ਐਂਡ ਇਹਦੇ ਨਾਲ ਸਿੱਖ ਕਮਿਊਨਿਟੀ ਦੀ ਜਿਹੜੀ ਇੱਕ ਪਹਿਚਾਣ ਆ ਉਹ ਪੂਰੇ ਪਾਕਿਸਤਾਨ ਵਿੱਚ ਹੋਰ ਮਜ਼ਬੂਤ ਹੁੰਦੀ ਆ, ਹੈ ਨਾ, ਇਸ ਚੀਜ਼ ਨਾਲ। ਸੋ ਬੜੀ ਕਾਬਿਲੇ ਤਾਰੀਫ ਗੱਲ ਹੈ। ਤੇ ਸੈਕਿੰਡ ਥਿੰਗ ਕਿ ਜਿਹੜੇ ਨਿਊਜ਼ ਐਂਕਰ ਹੁੰਦੇ ਆ ਉਹ ਨਿਊਜ਼ ਰੀਡ ਕਰਕੇ ਮਤਲਬ ਕਿ ਸੁਣਾਉਂਦੇ ਆ, ਹੈ ਨਾ, ਕਿਉਂਕਿ ਇਹ ਚੀਜ਼ ਔਖੀ ਹੁੰਦੀ ਆ, ਲਾਈਟਿੰਗ ਵੀ ਹੁੰਦੀ ਆ ਤੇ ਅੱਖਾਂ 'ਚ ਲਾਈਟ ਵੀ ਪੈਂਦੀ ਆ। ਅਸੀਂ ਵੀ ਸ਼ੂਟ ਕਰਦੇ ਹਾਂ, ਸਾਡੀ ਅੱਖਾਂ 'ਚ ਵੀ ਲਾਈਟ ਪੈਂਦੀ ਹੈ, ਬਟ ਫਿਰ ਵੀ ਅਸੀਂ ਸ਼ੂਟ ਕਰਦੇ ਹਾਂ, ਠੀਕ ਹੈ। ਸੋ ਜਿਹੜਾ ਸ਼ੂਟ ਕਰਦਾ ਹੁੰਦਾ ਉਸੇ ਨੂੰ ਪਤਾ ਹੁੰਦਾ ਹੈ ਕਿ ਉਹ ਬੰਦਾ ਕਿਵੇਂ ਸ਼ੂਟ ਕਰ ਰਿਹਾ। ਸੋ ਉਹ ਚੀਜ਼ ਮਤਲਬ ਸਟੂਡੀਓ ਲਾਈਟਿੰਗ ਉੱਦਾਂ ਰੱਖਣੀ ਤੇ ਨਾਲ ਨਾਲ ਉਹਨਾਂ ਨੇ ਰੀਡ ਕਰਨਾ, ਇਟਸ ਡਿਫਿਕਲਟ ਨਾ। ਔਖਾ ਹੁੰਦਾ ਹੈ ਰਿਪੋਰਟ ਵਾਲਾ, ਜਿੱਦਾਂ ਨਿਊਜ਼ ਪੜ੍ਹਨੀ ਹੋ ਟੀਵੀ ਦੇ ਸਾਹਮਣੇ ਵੀ, ਮੰਨ ਲਓ ਕਈ ਵਾਰ ਲਾਈਵ ਵੀ ਹੁੰਦੇ ਆ। ਹਾਂਜੀ, ਕਈ ਲਾਈਵ ਵੀ ਹੁੰਦੇ, ਲਾਈਵ ਹੁੰਦੇ, ਉਹਨਾਂ ਲਈ ਬਹੁਤ ਮੁਸ਼ਕਿਲ ਦੀ ਗੱਲ ਹੈ। ਮੈਂ ਸਮਝਦੀ ਨਹੀਂ ਕਈ ਵਾਰੀ ਬੈਠੇ। ਸਹੀ ਹੈ, ਐਂਡ ਇਹ ਵੀ ਹੁੰਦਾ ਨਾ। ਹਾਂਜੀ, ਔਖਾ ਵੀ ਆਪਾਂ ਜਦੋਂ ਬੋਲਦੇ ਪਏ ਆਪਾਂ ਨੂੰ ਕੋਈ ਹੁਣ ਯਾਦ ਨਹੀਂ ਆਉਂਦਾ ਕੀ ਬੋਲੀਏ ਕੀ ਬੋਲੀਏ, ਸਮਝ ਨਹੀਂ ਆ ਰਹੀ। ਵੀਡੀਓ ਵੇਖੀ ਹੈ, ਅਸੀਂ ਉਹਦਾ ਜੈਨੂਅਨ ਓਨੈਸਟ ਰਿਵਿਊ ਦੇਣਾ, ਬਟ ਜਿਹੜੇ ਕੁਝ ਚੀਜ਼ਾਂ ਨੇ ਜਿਵੇਂ ਨਿਊਜ਼ ਹੋ ਗਿਆ ਜਾਂ ਕੋਈ ਸਟੋਰੀ ਵਗੈਰਾ ਹੋ ਗਿਆ, ਉਹ ਸਕ੍ਰਿਪਟਡ ਹੁੰਦੀਆਂ ਤੇ ਉਹ ਬਾਕੀ। ਹਾਂਜੀ, ਤੁਸੀਂ ਬੋਲੋ। ਨਹੀਂ 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 ਨਹੀਂ, ਸੌਰੀ ਸੌਰੀ, ਗਲਤ ਬੋਲ ਰਹੀ।
ਓਕੇ ਸੋ ਜਿੱਦਾਂ ਇੱਕ ਹੋਰ ਹੁੰਦਾ ਨਾ ਕਿ ਨਿਊਜ਼ ਐਂਕਰ ਜਿਹੜੇ ਹੁੰਦੇ ਆ ਉਹ ਜਿੱਦਾਂ ਇੰਡੀਆ ਵਿੱਚ ਤੁਸੀਂ ਖਾਸ ਕਰਕੇ ਦੇਖੇ ਹੋਣੇ ਆ ਕਿ ਸਭ ਦੀ ਆਪਣੀ ਆਪਣੀ ਇੱਕ ਪਰਸਨੈਲਿਟੀ ਬਣੀ ਹੋਈ ਆ ਵੀ ਆਪਣੀ ਆਪਣੀ ਟੋਨ ਹੁੰਦਾ ਆਪਣੇ ਆਪਣਾ ਸਟਾਈਲ ਹੁੰਦਾ ਇੱਕ ਬੋਲਣ ਦਾ ਅਤੇ ਉਹਦਾ ਸਟਾਈਲ ਇੰਨਾ ਕੁ ਫੇਮਸ ਹੋ ਜਾਂਦਾ ਕਿ ਉਹ ਬੰਦਾ ਫਨੀ ਵੀ ਹੈ ਕੋਮੇਡੀ ਵੀ ਲੱਗਦੀ ਹੈ ਕਈ ਵਾਰੀ ਅਤੇ ਕਈ ਵਾਰੀ ਉਹ ਇੱਕ ਉਹਦਾ ਪਰਸਨੈਲਿਟੀ ਵੀ ਉਹਦੀ ਉੱਦਾਂ ਦੀ ਹੁੰਦੀ ਹੈ ਮਤਲਬ ਸਟਾਈਲ ਨੂੰ ਯਾਦ ਰਹਿੰਦਾ ਕਿ ਯਾਰ ਇਸ ਚੈਨਲ 'ਤੇ ਆਹ ਨਿਊਜ਼ ਐਂਕਰ ਹੈ ਜਿਹੜਾ ਮਤਲਬ ਕਿ ਉਹਦਾ ਸਟਾਈਲ ਆ ਹੈ ਨਾ ਜਿਵੇਂ ਇੱਧਰ ABP ਨਿਊਜ਼ ਤੇ ਆਉਂਦਾ ਸੀ ਉਹ ਕਿ ਜੀ ਨਿਊਜ਼ ਤੇ ਆਉਂਦਾ ਸੀ ਚੈਨ ਸੇ ਸੋਨਾ ਹੈ ਤੋ ਜਾਗ ਜਾਈਏ ਕਪਿਲ ਸ਼ਰਮਾ ਵੀ ਕੋਮੇਡੀ ਉਹਨਾਂ ਦੀ ਮਿਮਿਕਰੀ ਕਰਦੇ ਹੁੰਦੇ ਆ ਨਾ ਓਦਾਂ ਮੈਂ ਗੱਲ ਤਾਂ ਕਰ ਰਿਹਾ ਵੀ ਜਿਹੜਾ ਹਰਮੀਤ ਸਿੰਘ ਦਾ ਜੋ ਸਟਾਈਲ ਹੈ ਨਾ ਉਹ ਆਪਣੇ ਆਪ ਵਿੱਚ ਥੋੜਾ ਮੈਨੂੰ ਵੱਖਰਾ ਲੱਗਾ ਵੀ ਇਹਨਾਂ ਦੀ ਟੋਨ ਆਪਦੀ ਹੈ ਵੱਖਰੀ ਕਿਉਂਕਿ ਇੱਕ ਤਾਂ ਇਹਨਾਂ ਦੀ ਆਵਾਜ਼ ਭਾਰੀ ਆ ਇਹਨਾਂ ਦੀ ਰੇਡੀਓ ਜੋਕੀ ਤੇ ਇਹਨਾਂ ਨੇ ਕੰਮ ਕੀਤਾ ਇਹਨਾਂ ਨੂੰ ਬੋਲਣ ਦਾ ਕਿਉਂਕਿ ਜਿਹੜਾ ਇੱਕ ਪ੍ਰੋਨਾਊਂਸ ਕਰਨਾ ਜਾਂ ਬੋਲਣਾ ਉਹ ਵੀ ਇੱਕ ਤਰੀਕਾ ਹੁੰਦਾ ਜੋ ਸਪੀਕਰ ਹੁੰਦਾ ਇੱਕ ਉਹ ਬੋਲਣ ਦਾ ਇੱਕ ਤਰੀਕਾ ਹੁੰਦਾ ਵੀ ਕਿਵੇਂ ਗੱਲ ਕਰਨੀ ਹੈ ਕਿੱਦਾਂ ਵਰਡਸ ਕੱਢਣੇ ਮੂੰਹ 'ਚੋਂ ਆਉਣਾ ਇੱਕ ਲਹਿਜ਼ਾ ਕੀ ਜਾਂਦਾ ਪਿਆ ਉਹ ਇੱਕ ਰੇਡੀਓ ਜੋਕੀ ਨੂੰ ਬਿਲਕੁਲ ਜ਼ਿਆਦਾ ਮਤਲਬ ਕਿ ਬਹੁਤ ਵਧੀਆ ਪਤਾ ਹੁੰਦੀ ਉਹ ਚੀਜ਼ ਅਤੇ ਇਹਨਾਂ ਦੇ ਲਈ ਇੱਕ ਪਲੱਸ ਪੁਆਇੰਟ ਹੈ ਅਤੇ ਇਹਨਾਂ ਦੇ ਬੋਲਣ ਦਾ ਸਟਾਈਲ ਬਹੁਤ ਹੀ ਵੱਖਰਾ ਅਤੇ ਬੜਾ ਵਧੀਆ ਲੱਗਦਾ ਦੇਖਣ ਦੇ ਵਿੱਚ ਉਹ ਇੱਕ ਮੈਨੂੰ ਵੱਖਰੀ ਚੀਜ਼ ਇਹਨਾਂ ਦੀ ਲੱਗੀ ਹੈ ਨਾ ਹਾਂਜੀ ਚਾਹੇ ਉਹ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੋਵੇ ਚਾਹੇ ਫਿਰ ਉਹ ਪੰਜਾਬ ਦੇ PRO ਹੋਣ ਹਨਾ ਤੇ ਜਾਂ ਫਿਰ ਉਹ ਹਰਮੀਤ ਸਿੰਘ ਵਰਗੇ ਨੌਜਵਾਨ ਹੋਣ ਮਤਲਬ ਜੋ ਸਿੱਖਾਂ ਨੂੰ ਸਪੋਰਟ ਕੀਤੀ ਜਾ ਰਹੀ ਜਿਹੜੀ ਪਾਕਿਸਤਾਨ ਵਿੱਚ ਉਹ ਕਾਬਿਲੇ ਤਾਰੀਫ ਹੈ ਉਹ ਵਧੀਆ ਗੱਲ ਹੈ ਉਹਦੇ ਨਾਲ ਸਿੱਖ ਕਮਿਊਨਿਟੀ ਅਤੇ ਮੁਸਲਿਮ ਕਮਿਊਨਿਟੀ ਦਾ ਪਿਆਰ ਹੈ ਜਿਹੜਾ ਮਜ਼ਬੂਤ ਹੋਏਗਾ ਐਂਡ ਡੈਫੀਨੇਟਲੀ ਇੰਡੀਆ ਨਾਲ ਵੀ ਜਿਹੜੇ ਰਿਲੇਸ਼ਨਸ ਆ ਉਹਨਾਂ ਵਿੱਚ ਵੀ ਕਾਫੀ ਫਰਕ ਪਏਗਾ ਪੋਜ਼ਿਟਿਵਿਟੀ ਮਿਲੇਗੀ ਐਂਡ ਮੇਰੇ ਖਿਆਲ ਜਿਹੜੇ ਇੱਧਰ ਇੰਡੀਆ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਨਿਊਜ਼ ਚੈਨਲਸ ਆ ਉਹਨਾਂ ਦੇ ਵਿੱਚ ਆਪਾਂ ਨੂੰ ਸਿੱਖ ਬੰਦੇ ਦੇਖਣ ਨੂੰ ਮਿਲ ਜਾਂਦੇ ਆ ਪੱਗਾਂ ਵਾਲੇ ਲਾਈਕ PTC ਨਿਊਜ਼ ਹੋ ਗਿਆ ਹੈ ਨਾ ਅਤੇ ਜਾਂ ਇੱਦਾਂ ਦੇ ਹੋਰ MH1 ਨਿਊਜ਼ ਹੋ ਗਿਆ ਜਾਂ ਹੋਰ ਇੱਦਾਂ ਦੇ ਜਿਹੜੇ ਨਿਊਜ਼ ਚੈਨਲ ਆ ਉਹਨਾਂ 'ਚ ਆਪਾਂ ਨੂੰ ਸਿੱਖ ਬੰਦੇ ਮਿਲ ਜਾਂਦੇ ਆ ਪਰ ਇੰਡੀਆ ਦੇ ਵਿੱਚ ਮੇਰੇ ਖਿਆਲ ਕਿਸੇ ਹਿੰਦੀ ਚੈਨਲ ਵਿੱਚ ਸਿੱਖ ਸਰਦਾਰ ਬੰਦਾ ਨਹੀਂ ਹੈਗਾ ਹੈਨਾ ਸੋ ਪਾਕਿਸਤਾਨ ਇੱਥੇ ਫਿਰ ਬਾਜ਼ੀ ਮਾਰ ਗਿਆ ਕਿ ਉਹਨਾਂ ਦਾ ਪਲੱਸ ਪੁਆਇੰਟ ਫਿਰ ਇੱਕ ਇੱਧਰੋਂ ਵੀ ਬਣਦਾ ਕਿਉਂਕਿ ਵੀਡੀਓ ਚਾਹੇ ਛੋਟੀ ਜਿਹੀ ਹੈ ਪਰ ਜੇਕਰ ਆਪਾਂ ਸੋਚਣ ਲੱਗੀਏ ਨਾ ਤਾਂ ਉਹਨਾਂ 'ਤੇ ਗੱਲਾਂ ਕਰਨ ਬੈਠੀਏ ਤਾਂ ਬਹੁਤ ਗੱਲਾਂ ਨਿਕਲੇ ਆਉਂਦੀਆਂ ਵੀ ਵਾਕਈ ਇਹ ਇੱਕ ਪਲੱਸ ਪੁਆਇੰਟ ਹੈ ਵੀ ਆਪਦੀ ਕੰਟਰੀ ਦੇ ਵਿੱਚ ਇੱਥੇ ਇੱਕ ਜਿਹੜਾ ਸਰਦਾਰ ਬੰਦਾ ਨਿਊਜ਼ ਚੈਨਲ ਵਿੱਚ ਹਿੰਦੀ ਨਿਊਜ਼ ਚੈਨਲ ਦੇ ਵਿੱਚ ਨਹੀਂ ਹੈਗਾ ਮੇਰੇ ਖਿਆਲ ਵਿੱਚ ਜਿੱਥੋਂ ਤੱਕ ਮੈਨੂੰ ਪਤਾ ਹਾਂ ਮਤਲਬ ਇੱਥੋਂ ਯਾਰ ਉਹ ਚੀਜ਼ ਦਾ ਪਤਾ ਲੱਗਦਾ ਵੀ ਬੰਦਾ ਚਲੋ ਛੱਡੋ ਉਸ ਗੱਲਾਂ ਨੂੰ ਪਰ ਮੈਨੂੰ ਐਂ ਹੈ ਕਿ ਹਾਂ ਵੀ ਪਾਕਿਸਤਾਨ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਸੋ ਉਹ ਇੱਕ ਕਾਬਿਲੇ ਤਾਰੀਫ ਹੈ ਬਹੁਤ ਵਧੀਆ ਗੱਲ ਹੈ ਆਪਾਂ ਨੂੰ ਤਾਂ ਬਈ ਬਹੁਤ ਚੰਗਾ ਲੱਗਾ ਆਪਣੇ ਰਿਵਿਊਜ਼ ਜੈਨੂਇਨ ਹੁੰਦੇ ਆ ਓਨੈਸਟ ਹੁੰਦੇ ਆ ਜੋ ਸਾਡੀ ਓਪੀਨੀਅਨ ਅਸੀਂ ਖੁੱਲ੍ਹ ਕੇ ਤੁਹਾਡੇ ਸਾਹਮਣੇ ਬੋਲ ਦਿੰਦੇ ਹਾਂ ਹੈ ਨਾ ਉਹਦੇ 'ਚ ਕੋਈ ਦੋ ਰਾਏ ਨਹੀਂ ਹੁੰਦੀ ਵੀ ਇਹ ਚੀਜ਼ ਗਲਤ ਹੈ ਜਾਂ ਸਹੀ ਹੈ ਜੋ ਵੀ ਹੈ ਅਸੀਂ ਤੁਹਾਡੇ ਸਾਹਮਣੇ ਹੁੰਦੇ ਹਾਂ ਹੈਗੇ ਨੇ ਸੋ ਮੈਨੂੰ ਤਾਂ ਬਹੁਤ ਅੱਛੀ ਲੱਗੀ ਯਾਰ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਇਹ 'ਚ ਕਮੈਂਟ ਕਰਕੇ ਜ਼ਰੂਰ ਦੱਸੋ ਐਂਡ ਇੱਦਾਂ ਦੇ ਕੋਈ ਹੋਰ ਜਿਹੜੀ ਸਿੱਖ ਪਰਸਨੈਲਿਟੀ ਹੈ ਜਿਹੜੀ ਸਾਡੀ ਨਿਗਾਹ ਵਿੱਚ ਨਹੀਂ ਆਈ ਹਜੇ ਤੱਕ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਬਿਲਕੁਲ ਜੀ ਅਸੀਂ ਉਹ 'ਤੇ ਰਿਐਕਸ਼ਨ ਬਣਾਵਾਂਗੇ ਐਂਡ ਇੱਕ ਗੱਲ ਹੋਰ ਕਿ ਹਾਂਜੀ ਇੰਸਟਾਗ੍ਰਾਮ ਦਾ ਜਿਹੜਾ ਆਪਣਾ ਪੇਜ ਹੈ ਉਹਨੂੰ ਤੁਸੀਂ ਫੋਲੋ ਨਹੀਂ ਕਰ ਰਿਹਾ ਕੋਈ ਵੀ ਜਣਾ ਇੰਸਟਾਗ੍ਰਾਮ ਦਾ ਜਿਹੜਾ ਪੇਜ ਹੈ ਉਹਨੂੰ ਫੋਲੋ ਕਰੋ ਤਾਂ ਜੋ ਆਪਾਂ ਉੱਥੇ ਵੀ ਜਿਹੜੀਆਂ ਐਕਟੀਵਿਟੀਜ਼ ਕਰਨੀਆਂ ਸ਼ੁਰੂ ਕਰੀਏ ਪੰਜਾਬੀ ਰੀਲ TV ਦੇ ਨਾਮ ਤੋਂ ਆਪਣਾ ਇੰਸਟਾਗ੍ਰਾਮ ਹੈਂਡਲ ਹੈ ਫੋਲੋ ਕਰ ਸਕਦੇ ਹਾਂ ਜੀ ਅਤੇ ਉੱਥੇ ਤੁਸੀਂ ਸਾਨੂੰ ਰਿਕੁਐਸਟ ਵੀ ਕਰੋਗੇ ਐਂਡ 100% ਸ਼ੋਰਟੀ ਹੈ ਕਿ ਜਿਹੜੇ ਤੁਸੀਂ ਉੱਥੇ ਰਿਕੁਐਸਟਾਂ ਕਰੋਗੇ ਨਾ ਇੰਸਟਾਗ੍ਰਾਮ 'ਤੇ ਉਹ ਤੁਹਾਡੀਆਂ ਪੂਰੀਆਂ ਬਿਲਕੁਲ ਕੀਤੀਆਂ ਜਾਣਗੀਆਂ ਐਂਡ 100% ਚਾਂਸ ਹੈ ਕਿ ਤੁਹਾਡੀਆਂ ਉਹ ਜਿਹੜੀਆਂ ਰਿਕੁਐਸਟਾਂ ਪੂਰੀਆਂ ਹੋਣਗੀਆਂ ਐਂਡ ਹਰ ਇੱਕ ਨੂੰ ਮੈਸੇਜ ਦਾ ਰਿਪਲਾਈ ਜ਼ਰੂਰ ਮਿਲੇਗਾ ਜੇ ਰਿਪਲਾਈ ਨਹੀਂ ਮਿਲੇਗਾ ਤਾਂ ਹਾਰਟ ਜ਼ਰੂਰ ਮਿਲੇਗਾ ਸੋ ਤੁਸੀਂ ਇਹ ਨਾ ਸੋਚਿਓ ਕਿ ਹਾਂ ਵੀ ਤੁਸੀਂ ਮੈਸੇਜ ਕਰਦੇ ਹੋ ਤੁਹਾਨੂੰ ਰਿਪਲਾਈ ਨਹੀਂ ਮਿਲਦਾ ਭਲਾ ਥੋੜ੍ਹੇ ਟਾਈਮ ਬਾਅਦ ਮਤਲਬ ਥੋੜ੍ਹਾ ਟਾਈਮ ਪੈ ਕੇ ਮਿਲ ਜੇ ਬਟ ਮਿਲਦਾ ਜ਼ਰੂਰ ਆ ਐਂਡ ਜਿਹੜੇ ਤੁਹਾਡੇ ਕਮੈਂਟਸ ਹੁੰਦੇ ਆ ਯੂਟਿਊਬ ਦੇ ਹਾਂਜੀ ਤੁਸੀਂ ਬੋਲੋ ਲੇਟ ਹੋ ਜਾਂਦਾ ਕਈ ਵਾਰੀ ਕੰਮ ਕਿਉਂਕਿ ਜ਼ਿਆਦਾ ਕਮੈਂਟਸ ਆਏ ਹੁੰਦੇ ਆ ਹਾਂ ਇਧਰ ਵਾਲੇ ਵੀ ਆਏ ਹੁੰਦੇ ਆ ਪੰਜਾਬੀ ਹਨਾ ਯੂਟਿਊਬ ਦੇ ਇੱਧਰ ਵੀ ਉੱਧਰ ਵੀ ਬਹੁਤ ਜ਼ਿਆਦਾ ਹੁੰਦੇ ਕਰਨਾ ਮੁਸ਼ਕਿਲ ਹੈ ਯੈਸ ਕਿਉਂਕਿ ਗਾਈਸ ਤੁਸੀਂ ਦੇਖ ਸਕੋ ਵੀ ਟੋਟਲ ਜੇ ਗੱਲ ਕੀਤੀ ਜਾਵੇ ਤੁਹਾਨੂੰ ਮੈਂ ਮੋਟਾ ਮੋਟਾ ਦੱਸਾਂ ਵੀ ਸਾਡੇ ਦਿਨ ਵਿੱਚ ਪੂਰੇ ਯੂਟਿਊਬ ਚੈਨਲ ਦੇ ਜਿੰਨੀਆਂ ਵੀ ਵੀਡੀਓਜ਼ ਆ ਸਾਰੀਆਂ ਦੇ ਅਰਾਊਂਡ 3,000-4,000 ਕਮੈਂਟ ਆਉਂਦੇ ਆ ਅਤੇ ਤੁਹਾਨੂੰ ਪਤਾ ਡੇਲੀ ਰੂਟੀਨ ਵਿੱਚ ਯਾਰ ਕਿੰਨੇ ਕੰਮ ਹੁੰਦੇ ਆ ਹਨਾ ਅਤੇ ਮਤਲਬ ਸਭ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਬਟ ਰੀਡ ਮੋਸਟਲੀ ਅਸੀਂ ਕਰਦੇ ਹਾਂ ਹੈ ਨਾ ਵੀ ਜੋ ਤੁਹਾਡੀਆਂ ਗੱਲਾਂ ਤੁਸੀਂ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਸਾਨੂੰ ਸਭ ਪਤਾ ਲੱਗਦਾ ਅਸੀਂ ਸਭ ਚੀਜ਼ਾਂ
ਤੁਹਾਡੀਆਂ ਸੁਣਦੇ ਆ ਹੈਨਾ। ਹਾਂਜੀ ਕੁਛ ਹੋਰ ਕਹਿਣਾ ਚਾਹੋਗੇ? ਸੋ ਐਨੀਵੇਜ਼ ਗਾਇਜ਼, ਇਹ ਕੁਛ ਚੀਜ਼ਾਂ ਸੀ ਜਿਹੜੀਆਂ ਅਸੀਂ ਐਂਡ 'ਤੇ ਕਲੀਅਰ ਕਰਨਾ ਚਾਹੁੰਦੇ ਸੀਗੇ। ਸੋ ਹੋਪ ਸੋ ਕਿ ਤੁਸੀਂ ਸਾਨੂੰ ਹੋਰ ਪਿਆਰ ਭੇਜੋਗੇ ਆਪਦਾ ਟਰੱਕ ਭਰ ਭਰ ਕੇ, ਅਤੇ ਹੁਣ ਇੰਸਟਾਗ੍ਰਾਮ 'ਤੇ ਫੋਲੋ ਜ਼ਰੂਰ ਕਰ ਲਓ ਪੰਜਾਬੀ ਰੀਲ ਟੀਵੀ ਦੇ ਨਾਮ ਤੋਂ, ਠੀਕ ਹੈ ਜੀ। ਸੋ ਗਾਇਜ਼ ਇਹ ਸੀ ਅੱਜ ਦੀ ਵੀਡੀਓ, ਜਿੱਦਾਂ ਤੁਹਾਨੂੰ ਲੱਗੀ ਦੱਸਿਓ ਸਾਨੂੰ ਜ਼ਰੂਰ, ਅਤੇ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰੋ ਆਪਣਾ ਚੈਨਲ, ਅਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।